ਭਾਈ ਖੜਕ ਸਿੰਘ ਜੀ ਮਲੋਟ ਤੋਂ ਆਏ ਨੇ, ਉਹ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨ ਕਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਉ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਬੇਸ਼ਮਾਰ ਅਥਾਹ ਅਗਨਤ ਅਤੁਲ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ। ਭਗਤ ਵਸ਼ਲ ਕਰੁਣਾ ਨਿਦਾਨ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ, ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏ ਮਾਣ ਸਤਸੰਗੀ ਜਨੋ, ਆਪ ਵਡਭਾਗੇ ਹੋ ਜੋ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਤਿੰਨਾਂ ਦੀ ਸ਼ਹਾਦਤ ਦੇ ਦਿਹਾੜੇ ਨੂੰ ਸਮਰਪਿਤ ਇਹਨਾਂ ਸਮਾਗਮਾਂ ਦੇ ਵਿੱਚ ਪਵਿੱਤਰ ਪਾਵਨ ਹਾਜ਼ਰੀਆਂ ਜੋ ਹੈ ਉਹ ਆਪ ਜੀ ਭਰ ਰਹੇ ਹੋ। ਦਾਸ ਤੋਂ ਪਹਿਲਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਨੇ ਮਹਾਂਪੁਰਸ਼ਾਂ ਪਾਸੋਂ ਗੁਰਮਤਿ ਵਿਚਾਰਾਂ ਰੱਬੀ ਬਾਣੀ ਦਾ ਕੀਰਤਨ ਜੋ ਹੈ ਉਹ ਸਰਵਣ ਕੀਤਾ ਹੈ। ਆਓ ਕੁਝ ਸਮਾਂ ਗੁਰਮਤਿ ਵਿਚਾਰਾਂ ਦੇ ਨਾਲ ਜੁੜੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਾਰੇ ਹੀ ਅਦਬ ਸਤਿਕਾਰ ਦੇ ਨਾਲ ਸੀਸ ਨੂੰ ਚੁਕਾਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ, ਔਰ ਕਰੋ ਰਸਨਾ ਨੂੰ ਪਵਿੱਤਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦੀ ਸ਼ਹਾਦਤ ਦੀ ਯਾਦ ਵਿੱਚ ਆਪਾਂ ਇੱਥੇ ਇਕੱਤਰ ਹੋਏ ਹਾਂ। ਵੇਖੋ ਸਿੱਖੀ ਦੇ ਜੋ ਦੋ ਪੱਖ ਹਨ, ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ, ਰਾਜ ਤੇ ਯੋਗ, ਸੰਤ ਤੇ ਸਿਪਾਹੀ, ਇਹ ਸਿੱਖ ਧਰਮ ਦੇ ਦੋ ਪੱਖ ਹਨ। ਵੇਖੋ ਜਿੱਥੇ ਗੁਰੂ ਆਪ ਸੰਤ ਸਿਪਾਹੀ ਹੈ, ਗੁਰੂ ਆਪ ਮੀਰੀ ਪੀਰੀ ਦਾ ਮਾਲਕ ਹੈ, ਭਗਤੀ ਸ਼ਕਤੀ ਦਾ ਮਾਲਕ ਹੈ, ਇਸੇ ਤਰ੍ਹਾਂ ਗੁਰੂ ਨੇ ਸਿੱਖ ਤੇ ਬਖਸ਼ਿਸ਼ ਕਰਕੇ ਆਪਣੇ ਸਿੱਖ ਨੂੰ ਵੀ ਭਗਤੀ ਸ਼ਕਤੀ ਮੀਰੀ ਪੀਰੀ ਔਰ ਸੰਤ ਸਿਪਾਹੀ ਜਿਹੜਾ ਹੈ ਉਹ ਬਣਾਉਣਾ ਕੀਤਾ ਹੈ। ਮੇਰੇ ਤੋਂ ਪਹਿਲਾਂ ਆਪ ਜੀ ਨੇ ਸਰਵਣ ਕੀਤਾ ਸੀ ਵੀ ਗੁਰੂ ਜਿਹੜਾ ਹੈ ਉਹ ਪਾਰਸਵਤ ਹੈ, ਪਾਰਸ ਦੀ ਤਰ੍ਹਾਂ ਹੈ, ਪਰ ਧਿਆਨ ਦੇਣਾ ਗੁਰੂ ਜਿਹੜਾ ਉਹ ਸੰਸਾਰੀ ਪਾਰਸ ਵਰਗਾ ਨਹੀਂ, ਸੰਸਾਰੀ ਪਾਰਸ ਦੇ ਸੰਪਰਕ ਦੇ ਵਿੱਚ ਦੁਨੀਆਂ ਦੀਆਂ ਸੱਤ ਧਾਤਾਂ ਦੇ ਵਿੱਚੋਂ ਕੋਈ ਧਾਤ ਆਵੇ ਉਹ ਸੋਨਾ ਬਣ ਜਾਂਦੀ ਹੈ, ਪਰ ਗੁਰੂ ਐਸਾ ਪਾਰਸ ਹੈ ਕਿ ਉਹਦੇ ਸੰਪਰਕ ਵਿੱਚ ਆਉਣ ਵਾਲਾ ਉਹਦੇ ਵਰਗਾ ਹੀ ਪਾਰਸ ਬਣ ਜਾਂਦਾ ਹੈ, ਤੇ ਉਹ ਵੀ ਆਪਣੇ ਜੀਵਨ ਵਿੱਚ ਜੋ ਉਹਦੇ ਸੰਪਰਕ ਵਿੱਚ ਆਉਂਦਾ ਉਹਨੂੰ ਵੀ ਪਾਰਸ ਬਣਾ ਦਿੰਦਾ, ਉਹਦਾ ਵੀ ਜੀਵਨ ਚੇਂਜ ਕਰ ਦਿੰਦਾ। ਤਾਂ ਵੇਖੋ ਸਤਿਗੁਰੂ ਜਿਹੜਾ ਮੀਰੀ ਪੀਰੀ ਸੰਤ ਸਿਪਾਹੀ ਭਗਤੀ ਸ਼ਕਤੀ ਰਾਜ ਯੋਗ ਦੋਨਾਂ ਪੱਖਾਂ ਦੇ ਵਿੱਚ ਪੂਰਨ ਹੈ। ਆਮ ਤੌਰ ਤੇ ਅਸੀਂ ਸੁਣਦੇ ਹਾਂ ਵੀ ਮੀਰੀ ਪੀਰੀ ਦਾ ਸਿਧਾਂਤ ਰਾਜ ਯੋਗੀ ਸੰਤ ਸਿਪਾਹੀ ਦਾ ਸਿਧਾਂਤ ਜਿਹੜਾ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵਿੱਚ ਪ੍ਰਤੱਖ ਰੂਪ ਵਿੱਚ ਹੁੰਦਾ ਹੈ,
पर असल विच गुरु नानक साहब जी तो ही ये दोनों पक्ष जिहड़े सन परिपूर्ण सन। ध्यान देना, भट्ट कल जी ने गुरु नानक साहब जी की सिफत करदियां होया क्या है, कब कल सो जस गावो गुरु नानक राज जोग जिन माण्यो, भाव गुरु नानक साहब जी नू संत सिपाही राजा जोगी जिहड़ा है ਉਹ ਪਾਟਾਂ ਨੇ ਕਹਿਣਾ ਕੀਤਾ ਹੈ ਆਪਣੀ ਬਾਣੀ ਦੇ ਵਿੱਚ। ਤੇ ਵੇਖੋ ਭਗਤੀ ਤੇ ਸ਼ਕਤੀ ਦੇ ਮਾਲਕ ਹਨ ਧੰਨ ਧੰਨ ਬਾਬਾ ਦੀਪ ਸਿੰਘ ਜੀ। ਵੇਖੋ ਉਹਨਾਂ ਦਾ ਜੀਵਨ ਅਸੀਂ ਪੜ੍ਹਦੇ ਹਾਂ। ਆਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਸ਼ਾਸਤਰ ਵਿੱਦਿਆ ਤੇ ਸ਼ਸਤਰ ਵਿੱਦਿਆ ਸਿੱਖੀ ਹੈ, ਭਾਵ ਜਿੱਥੇ ਬ੍ਰਹਮ ਵਿੱਦਿਆ ਸਿੱਖੀ ਉੱਥੇ ਸ਼ਸਤਰਾਂ ਦਾ ਜਿਹੜਾ ਅਭਿਆਸ ਹੈ। ਆਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੀ ਦੇਖ ਰੇਖ ਹੇਠ ਬਾਬਾ ਦੀਪ ਸਿੰਘ ਜੀ ਨੇ ਕੀਤਾ ਹੈ। ਤੇ ਵੇਖੋ ਸਾਡੇ ਦੋ ਗ੍ਰੰਥ ਹਨ ਜੋ ਸਾਡੇ ਸਿੱਖ ਪੰਥ ਨੇ ਪ੍ਰਵਾਨਿਤ ਕੀਤੇ ਹਨ। ਪਹਿਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜਿਹਦੇ ਵਿੱਚ ਬ੍ਰਹਮ ਦੀ ਵਿਚਾਰ ਹੈ ਜੋ ਸ਼ਾਂਤ ਰਸ ਬਖਸ਼ਿਸ਼ ਕਰਦੀ ਹੈ। ਇਸੇ ਤਰ੍ਹਾਂ ਦੂਸਰਾ ਸਾਡਾ ਜਿਹੜਾ ਗ੍ਰੰਥ ਹੈ ਉਹ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ, ਜਿਹਦੇ ਵਿੱਚ ਬੀਰ ਰਸ ਸਤਿਗੁਰੂ ਜੀ ਨੇ ਭਰਿਆ ਹੈ। ਤੇ ਦਸਮ ਗ੍ਰੰਥ ਦੀ ਜਿਹੜੀ ਬਾਣੀ ਹੈ ਉਹ ਸਾਨੂੰ ਧਰਮ ਯੁੱਧ ਲੜਨ ਦੇ ਲਈ ਸਾਡੇ ਹਿਰਦੇ ਦੇ ਅੰਦਰ ਚਾਅ ਪੈਦਾ ਕਰਦੀ। ਅਸੀਂ ਬਾਣੀ ਦੇ ਬਚਨ ਪੜ੍ਹਦੇ ਹਾਂ, ਦਸਮ ਕਥਾ ਭਗਉਤ ਕੀ ਭਾਖਾ ਕਰੀ ਬਣਾਏ ਅਵਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕਹਿ ਜਾਏ। ਤਾਂ ਵੇਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ। ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹੈ, ਉੱਥੇ ਵੇਖੋ ਬਾਬਾ ਦੀਪ ਸਿੰਘ ਜੀ ਨੇ ਗੁਰਬਾਣੀ ਜਿਹੜੀ ਹੈ ਉਹ ਲਿਖਣਾ ਕੀਤੀ ਹੈ। ਇਤਿਹਾਸ ਕਹਿੰਦਾ ਹੈ ਵੀ 11 ਸਾਲ ਬਾਬਾ ਦੀਪ ਸਿੰਘ ਜੀ ਨੇ ਬਾਣੀ ਨੂੰ ਲਿਖਿਆ ਹੈ। ਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀ ਲਿਖ ਕੇ ਚਾਰਾਂ ਤਖਤਾਂ ਤੇ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਭੇਜਣਾ ਕੀਤੇ ਹਨ। ਤੇ ਵੇਖੋ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਸ਼ਾਂਤ ਰਸ ਬਾਣੀ ਬ੍ਰਹਮ ਦੀ ਦਾਤ ਦੇਣ ਵਾਲੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣਾ ਕੀਤੀ ਹੈ, ਉੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਇੱਕ ਜਿਹੜੀ ਬੀੜ ਹੈ ਉਹ ਦਸਮ ਗ੍ਰੰਥ ਸਾਹਿਬ ਜੀ ਦੀ ਵੀ ਲਿਖੀ ਹੈ। ਵੇਖੋ ਤਿੰਨ ਬੀੜਾਂ ਜਿਹੜੀਆਂ ਹਨ ਇਤਿਹਾਸਕ ਹਨ। ਪਹਿਲੀ ਜਿਹੜੀ ਬੀੜ ਹੈ ਉਹ ਭਾਈ ਸਾਹਿਬ ਭਾਈ ਸ਼ਹੀਦ ਭਾਈ ਮਣੀ ਸਿੰਘ ਜੀ ਨੇ ਲਿਖੀ ਹੈ, ਇਤਿਹਾਸ ਦੇ ਬਚਨ ਹਨ। ਮੈਂ ਟੂਕਾਂ ਜਿਹੜੀਆਂ ਹਨ ਆਪ ਜੀ ਨੂੰ ਸਰਵਣ ਕਰਾ ਦੇਵਾਂ। ਵੀ ਪੁਸਤਕ ਇੱਕ ਕਰ ਇੱਕ ਠੌਰੇ ਬਹੁਰ ਮਣੀ ਸਿੰਘ ਬਾਂਧੀ ਗੌਰੇ, ਜੋ ਅਬ ਦਸਮ ਗ੍ਰੰਥ ਗੁਰ ਕੇਰਾ ਕਹਿ ਲਾਵਤ ਮਦ ਪੰਥ ਉਚੇਰਾ, ਤਾਂ ਕੋ ਭੋਗ ਹਕਾਇਤ ਪੜ ਹੈ ਜਾਣਤ ਸਿੱਖ ਗੁਰੂ ਕੇ ਬਰ ਹੈ। ਧਿਆਨ ਦੇਣਾ, ਪਹਿਲੀ ਜਿਹੜੀ ਬੀੜ ਹੈ ਉਹ ਭਾਈ ਮਣੀ ਸਿੰਘ ਜੀ ਵਾਲੀ ਹੈ, ਜਿਹਦਾ ਭੋਗ ਜ਼ਫਰਨਾਮੇ ਦੀਆਂ ਹਕਾਇਤਾਂ ਤੇ ਪੈਂਦਾ ਹੈ। ਇਸ ਬੀੜ ਦਾ ਜਿਹੜਾ ਭੋਗ ਹੈ ਉਹ ਇੱਥੇ ਪੈਂਦਾ ਹੈ। ਲਬਾ ਲਬ ਕੁੰ ਦੰਬ ਦੰਬ ਨੋਸ਼ ਕੁੰ ਗਮੇ ਹਰ ਦੁਆਲੰ ਥਰਾ ਮੋਸ਼ ਕੁੰ, ਜਫਰਨਾਮੇ ਦੀ 12ਵੀਂ ਹਕੈਤ ਤੇ ਇਸ ਬੀੜ ਦਾ ਜਿਹੜਾ ਭੋਗ ਹੈ ਉਹ ਪੈਂਦਾ ਹੈ। ਦੂਜੀ ਜਿਹੜੀ ਬੀੜ ਹੈ ਉਹ ਭਾਈ ਮਣੀ ਸਿੰਘ ਜੀ ਨੇ ਉਹ ਦਸਮ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਹੈ। ਦੂਸਰ ਬੀੜ ਦਮ ਦਮੇ ਭਈ ਦੀਪ ਸਿੰਘ ਸ਼ਹੀਦ ਰਚਾਈ। ਤਾਂ ਤੀਜੀ ਜਿਹੜੀ ਬੀੜ ਹੈ ਉਹ ਇਤਿਹਾਸ ਵਿੱਚ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁੱਖਾ ਸਿੰਘ ਜੀ ਦੀ ਮਿਲਦੀ ਹੈ। ਤਾਂ ਹੁਣ ਵੇਖੋ ਮੈਂ ਇੱਥੇ ਬੇਨਤੀ ਕਰਾਂ, ਵੇਖੋ ਕੋਈ ਸ਼ਰਧਾ ਭਾਵਨਾ ਦੇ ਨਾਲ ਇੱਕ ਸਾਲ ਵੀ ਗੁਰਬਾਣੀ ਦਾ ਪਾਠ ਕਰ ਲਵੇ ਨਾ ਤੇ ਗੁਰਬਾਣੀ ਦਾ ਜਿਹੜਾ ਸ਼ਬਦ ਹੈ ਉਹਦੇ ਨੇਤਰਾਂ ਦੇ ਵਿੱਚ ਵਸ ਜਾਂਦਾ ਹੈ, ਭਾਵ ਕਿ ਉਹਦੇ ਨੇਤਰਾਂ ਦੇ ਵਿੱਚ ਗੁਰਬਾਣੀ ਦਾ ਸ਼ਬਦ ਵਸ ਜਾਂਦਾ ਹੈ। ਜੇ ਕੋਈ ਸ਼ਰਧਾ ਭਾਵਨਾ ਦੇ ਨਾਲ ਇੱਕ ਸਾਲ ਵੀ ਗੁਰਬਾਣੀ ਦਾ ਪਾਠ ਕਰੇ, ਪਰ ਇੱਥੇ ਇੱਕ ਸਾਲ ਦੀ ਗੱਲ ਨਹੀਂ, ਲਗਾਤਾਰ 11 ਸਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਪਾਵਨ ਹੱਥਾਂ ਦੇ ਨਾਲ ਗੁਰਬਾਣੀ ਨੂੰ ਲਿਖਣਾ ਕੀਤਾ ਹੈ, ਲਗਾਤਾਰ 11 ਸਾਲ। ਤੇ ਵੇਖੋ ਬਾਬਾ ਦੀਪ ਸਿੰਘ ਜੀ ਦੇ ਰੋਮ ਰੋਮ ਦੇ ਵਿੱਚ ਬਾਣੀ ਜਿਹੜੀ ਸੀ ਉਹ ਵਸ ਚੁੱਕੀ ਸੀ।
ਉਹ ਮਹਾਨ ਤਾਕਤ ਵੇਖੋ ਲੱਥਿਆ ਹੋਇਆ ਸੀਸ ਤਲੀ ਤੇ ਰੱਖ ਕੇ ਲੜਨਾ, ਉਹ ਇੱਥੋਂ ਹੀ ਮਹਾਨ ਜਿਹੜੀ ਤਾਕਤ ਹੈ ਉਹ ਪ੍ਰਾਪਤ ਹੁੰਦੀ ਹੈ। ਬਾਬਾ ਦੀਪ ਸਿੰਘ ਜੀ ਦੇ ਰੋਮ ਰੋਮ ਵਿੱਚ ਗੁਰਬਾਣੀ ਦਾ ਵਾਸਾ ਹੈ, ਜਿੱਥੇ ਉਹਨਾਂ ਨੇ ਸ਼ਾਂਤੀ ਦੀ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਣਾ ਕੀਤੀ, ਉੱਥੇ ਉਹਨਾਂ ਨੇ ਇੱਕ ਬੀੜ ਜਿਹੜੀ ਹੈ ਬੀਰ ਰਸ ਦਾ ਪ੍ਰਤੀਕ ਬਾਣੀ ਜਿਹੜੀ ਦਸਮ ਗ੍ਰੰਥ ਦੀ ਹੈ ਉਹ ਵੀ ਲਿਖਣਾ ਕੀਤੀ ਹੈ। ਤਾਂ ਵੇਖੋ ਜਿੱਥੇ ਭਗਤੀ ਦਾ ਪੱਖ ਹੈ ਉੱਥੇ ਵੇਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਅੱਜ ਵੀ ਅਸੀਂ ਭੋਰਾ ਵੇਖ ਸਕਦੇ ਹਾਂ ਦਮਦਮਾ ਸਾਹਿਬ ਦੀ ਧਰਤੀ ਤੇ ਇਕਾਂਤ ਵਿੱਚ ਬੈਠ ਕੇ, ਜਿੱਥੇ ਕਈ ਕਈ ਪੈਰ ਬਾਬਾ ਦੀਪ ਸਿੰਘ ਜੀ ਭਗਤੀ ਕਰਦੇ ਹਨ ਗੁਰਬਾਣੀ ਪੜ੍ਹਦੇ ਹਨ। ਤੇ ਉੱਥੇ ਵੇਖੋ ਜਦੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਹੁੰਦੀ ਹੈ, ਹਰਿਮੰਦਰ ਸਾਹਿਬ ਨੂੰ ਅਬਦਾਲੀ ਦੀਆਂ ਫੌਜਾਂ ਢਾਉਂਦੀਆਂ ਹਨ, ਪਾਵਨ ਸਰੋਵਰ ਨੂੰ ਪੂਰਦੀਆਂ ਹਨ, ਇਹ ਖਬਰ 75 ਸਾਲ ਦੇ ਬੁੱਢੇ ਜਰਨੈਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਪ੍ਰਾਪਤ ਹੁੰਦੀ ਹੈ ਤੇ ਬੀਰ ਰਸ ਪੈਦਾ ਹੁੰਦਾ ਹੈ, ਅੰਦਰ ਬੀਰ ਰਸ ਪੈਦਾ ਹੁੰਦਾ ਹੈ ਤੇ 75 ਸਾਲ ਦਾ ਜਿਹੜਾ ਬੁੱਢਾ ਜਰਨੈਲ ਹੈ ਉਹ ਆਪਣੇ ਹੱਥ ਵਿੱਚ ਖੰਡਾ ਪਕੜਦਾ ਹੈ। ਵੇਖੋ ਪਹਿਲਾਂ ਹੱਥ ਵਿੱਚ ਕਲਮ ਹੈ, ਫਿਰ ਖੰਡਾ ਜਿਹੜਾ ਹੈ ਉਹ ਪਕੜਨਾ ਕੀਤਾ ਹੈ। ਤੇ ਇੱਥੇ ਮੈਂ ਇੱਕ ਜਿਹੜੀ ਘਟਨਾ ਹੈ ਉਹ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਵੇਖੋ ਬਦਲਾ ਲੈਣ ਦੇ ਵਾਸਤੇ, ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਬਾਬਾ ਦੀਪ ਸਿੰਘ ਜੀ ਤੁਰੇ ਹਨ। ਤੇ ਵੇਖੋ ਮੌਤ ਬੜੀ ਬਲਵਾਨ ਹੈ, ਕਾਲ ਬੜਾ ਬਲਵਾਨ ਹੈ, ਜਿੱਤੇ ਜੀਵ ਜਨਤੰ ਦੁਨੀਆਂ ਜਿੱਤੇ ਜੀਵ ਜਨਤੰ ਦੁਨੀਆਂ ਉਪਾਇੰ ਸਭੈ ਅੰਤ ਕਾਲੰ ਬਲੇ ਕਾਲ ਕਾਇੰ। ਕਾਲ ਬੜਾ ਬਲਵਾਨ ਹੈ ਪਰ ਵੇਖੋ ਕਾਲ ਨੂੰ ਵੀ ਮੌਤ ਨੂੰ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਜਿੱਤਣਾ ਕੀਤਾ ਹੈ। ਵੇਖੋ ਤੁਰੇ ਹਨ ਦਮਦਮਾ ਸਾਹਿਬ ਦੀ ਧਰਤੀ ਤੋਂ, ਇੱਕ ਨਿਸ਼ਚਾ ਕੀਤਾ ਹੈ, ਇੱਕ ਪ੍ਰਣ ਕੀਤਾ ਹੈ। ਤੇ ਵੇਖੋ ਜਿਹਦਾ ਗੁਰੂ ਤੇ ਨਿਸ਼ਚਾ ਹੈ ਉਹ ਆਪਣਾ ਜਿਹੜਾ ਵੀ ਨਿਸ਼ਚਾ ਕਰੇਗਾ ਉਹ ਨਿਸ਼ਚਾ ਕਦੀ ਵੀ ਮਰ ਨਹੀਂ ਸਕਦਾ, ਉਹ ਨਿਸ਼ਚੇ ਦੇ ਵਿੱਚ ਪੂਰਾ ਉਤਰਦਾ ਹੈ। ਨਿਸ਼ਚੇ ਦੇ ਵਿੱਚ ਬੜੀ ਤਾਕਤ ਹੈ, ਅਸੀਂ ਬਚਨ ਪੜ੍ਹਦੇ ਹਾਂ ਦੇ ਸ਼ਿਵਾ ਬਰਮੋਹੇ ਇਹ ਸ਼ੁਭ ਕਰਮਣ ਤੇ ਕਬਹੂ ਨਾ ਡਰੋ ਨਾ ਡਰੋ ਅਰ ਸੋ ਜਬ ਜਾਏ ਲਰੋ, ਨਿਸ਼ਚਾ ਕਰੇ ਆਪਣੀ ਜੀਤ ਕਰੋ। ਤਾਂ ਇੱਕ ਪ੍ਰਣ ਕਰਕੇ ਇੱਕ ਨਿਸ਼ਚਾ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਰੇ ਹਨ ਕਿ ਇਹ ਧੰਨ ਧੰਨ ਗੁਰੂ ਰਾਮਦਾਸ, ਜਿੰਨਾ ਚਿਕਰ ਤੇਰੇ ਹਰਿਮੰਦਰ ਨੂੰ ਤੇਰੇ ਹਰਿਮੰਦਰ ਦੀ ਬੇਅਦਬੀ ਦਾ ਮੈਂ ਬਦਲਾ ਨਹੀਂ ਲੈ ਲੈਂਦਾ, ਹਰਿਮੰਦਰ ਨੂੰ ਆਜ਼ਾਦ ਨਹੀਂ ਕਰਾ ਲੈਂਦਾ ਜ਼ਾਲਮਾਂ ਤੋਂ, ਉਹਨਾਂ ਚਿਕਰ ਮੈਂ ਸਵਾਸ ਨਹੀਂ ਤਿਆਗਾਂਗਾ ਤੇ ਆਪਣਾ ਜਿਹੜਾ ਸੀਸ ਹੈ ਉਹ ਮੈਂ ਤੇਰੇ ਚਰਨਾਂ ਵਿੱਚ ਭੇਟਾ ਕਰਾਂਗਾ। ਇਹ ਨਿਸ਼ਚਾ ਕਰਕੇ ਜਦੋਂ ਤੁਰੇ ਹਨ ਫੌਜਾਂ ਦੇ ਸਮੇਤ ਸਿੰਘਾਂ ਦੇ ਸਮੇਤ, ਤੇ ਕਹਿੰਦੇ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹਨ ਤੇ ਇੱਕ ਲਾਲ ਸੂਹੇ ਬਸਤਰ ਪਾ ਕੇ ਇੱਕ ਇਸਤਰੀ ਜਿਹੜੀ ਹੈ ਉਹਨੇ ਘੋੜੇ ਦੀਆਂ ਵਾਗਾਂ ਨੂੰ ਅੱਗੋਂ ਪਕੜ ਲਿਆ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਹਿੰਦੇ ਹਨ ਕਿ ਇਹ ਬੀਬੀ ਤੂੰ ਕੌਣ ਹੈ? ਤੇ ਉਹ ਅੱਗੋਂ ਹੱਸਣ ਲੱਗੀ, ਕਹਿਣ ਲੱਗੀ ਬਾਬਾ ਮੈਂ ਹੋਣੀ ਹਾਂ, ਮੈਂ ਹੋਣੀ, ਮੈਂ ਮੌਤ ਹਾਂ, ਮੈਂ ਰਾਵਣ ਵਰਗੇ ਨਹੀਂ ਛੱਡੇ, ਮੈਂ ਹਰਨਾਕਸ਼ ਵਰਗੇ ਨਹੀਂ ਛੱਡੇ ਤੇ ਛੱਡਣਾ ਬਾਬਾ ਮੈਂ ਤੈਨੂੰ ਵੀ ਨਹੀਂ। ਕਹਿੰਦੇ ਇਹ ਬਚਨ ਸੁਣ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਜੇ ਤੂੰ ਹੋਣੀ ਹੈ ਤੈਨੂੰ ਆਪਣੀ ਤਾਕਤ ਤੇ ਮਾਣ ਹੈ, ਮੈਂ ਵੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਸਿੱਖ ਹਾਂ, ਮੈਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਤੇ ਮਾਣ ਹੈ, ਬਿਰਥੀ ਕਬੂ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਦਾਸ। ਅਰਦਾਸ ਕੀਤੀ ਹੈ ਤਾਂ ਵੇਖੋ ਉਹ ਸਮਾਂ ਆਇਆ ਹੈ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਹਨ। ਤੇ ਮੈਂ ਸੰਖੇਪ ਵਿੱਚ ਵਿਚਾਰ ਕਰ ਰਿਹਾ ਹਾਂ ਵੀ ਵਾਰ ਜਿਹੜਾ ਉਹ ਸਾਂਝਾ ਹੋਇਆ ਹੈ, ਦੋਨੋਂ ਜਵਾਨਾਂ ਦੇ ਜਿਹੜੇ ਸੀਸ ਹਨ ਉਹ ਧੜ ਨਾਲੋਂ ਅਲਹਿਦਾ ਹੋ ਗਏ ਹਨ। ਤੇ ਉੱਥੇ ਜਦੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸੀਸ ਜਿਹੜਾ ਧੜ ਤੋਂ ਅਲਹਿਦਾ ਹੋਇਆ ਹੈ ਤੇ ਦੁਨੀਆਂ ਦਾ ਅਨੋਖਾ ਕ੍ਰਿਸ਼ਮਾ ਜਿਹੜਾ ਉੱਥੇ ਵਰਤਿਆ ਹੈ,
ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਉੱਥੇ ਫਿਰ ਆਪਣਾ ਜਿਹੜਾ ਸੀਸ ਹੈ ਉਹ ਤਲੀ ਤੇ ਧਰਿਆ ਹੈ। ਸੀਸ ਤਲੀ ਤੇ ਧਰ ਕੇ ਲੜਦੇ ਹੋਏ ਦਰਬਾਰ ਸਾਹਿਬ ਦੀਆਂ ਜਿਹੜੀਆਂ ਪਰਿਕਰਮਾ ਹਨ ਉੱਥੇ ਪਹੁੰਚੇ ਹਨ ਤੇ ਕੀ ਕਿਹਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਭਾਜੜਾ ਪਾਵਾਂਗਾ ਮੈਂ ਸਿੱਖੀ ਦੇ ਵੈਰੀਆਂ ਨੂੰ ਸਿੱਖੀ ਸਿਦਕ ਨੂੰ ਦਾਗ ਨਾ ਲਗਾਂਗਾ ਮੈਂ ਤੇਰੇ ਹਰਿਮੰਦਰ ਵਿੱਚ ਚੜਾਉਣ ਪ੍ਰਸ਼ਾਦ ਲੋਕੇ ਮੈਂ ਸੀਸ ਦਾ ਪ੍ਰਸ਼ਾਦ ਚੜਾਂਗਾ ਮੈਂ। ਐ ਸਤਿਗੁਰੂ ਪਹਿਲਾਂ ਵੀ ਮੈਂ ਆਉਂਦਾ ਸੀ ਪਹਿਲਾਂ ਮੈਂ ਤੇਰੇ ਦਰ ਤੇ ਕੜਾਹ ਪ੍ਰਸ਼ਾਦ ਦੀ ਭੇਟਾ ਚੜਾਉਂਦਾ ਸੀ ਪਰ ਅੱਜ ਕੀ ਹੈ ਸਤਿਗੁਰ ਸੱਚੇ ਸੀਸ ਭੇਟ ਦੇਊਂ ਜੇ ਸਤਿਗੁਰ ਸੱਚ ਹੈ ਭਾਵੈ ਭਾਵ ਸੀਸ ਜਿਹੜਾ ਹੈ ਉਹ ਗੁਰੂ ਨੂੰ ਸਮਰਪਿਤ ਕੀਤਾ ਹੈ ਤਾਂ ਐਸੇ ਮਹਾਨ ਭਗਤੀ ਤੇ ਸ਼ਕਤੀ ਦੇ ਸੋਮੇ ਸੰਤ ਸਿਪਾਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਸ਼ਹਾਦਤ ਦੀ ਜਿਹੜੀ ਯਾਦ ਹੈ ਉਹ ਆਪਾਂ ਮਨਾ ਰਹੇ ਹਾਂ ਐਸੇ ਮਹਾਨ ਸ਼ਹੀਦਾਂ ਤੋਂ ਮਾਰਗ ਦਰਸ਼ਕ ਜਿਹੜਾ ਹੈ ਉਹ ਸਾਨੂੰ ਲੈਣਾ ਚਾਹੀਦਾ ਹੈ ਕਿਉਂਕਿ ਬੜਾ ਸੁੰਦਰ ਬੋਲ ਹੈ ਇੱਕ ਅਦੀਬ ਦਾ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਵੇਖੋ ਜੀਵਨ ਤਾਂ ਜੀਵਨ ਹੁੰਦਾ ਹੈ ਪਰ ਸ਼ਹੀਦ ਦੀ ਜਿਹੜੀ ਮੌਤ ਹੈ ਉਹ ਵੀ ਸਾਡੇ ਵਾਸਤੇ ਜੀਵਨ ਹੁੰਦੀ ਹੈ ਉਹਦੀ ਜਿਹੜੀ ਉਹਦਾ ਜਿਹੜੀ ਮੌਤ ਹੈ ਜਿਸ ਸੰਕਲਪ ਵਿੱਚ ਜਿਸ ਮਕਸਦ ਵਿੱਚ ਉਹਨੇ ਸ਼ਹਾਦਤ ਦਿੱਤਾ ਹੈ ਉਹਦਾ ਜਿਹੜਾ ਸਮੁੱਚਾ ਜੀਵਨ ਹੈ ਇੱਕ ਸਾਨੂੰ ਬਹੁਤ ਹੀ ਵਧੀਆ ਜਿਹੜਾ ਜੀਵਨ ਹੈ ਬਖਸ਼ਿਸ਼ ਕਰਦਾ ਹੈ ਜੇਕਰ ਉਹਨਾਂ ਦੀ ਜੀਵਨੀ ਤੋਂ ਅਸੀਂ ਸੇਧ ਲੈਣਾ ਕਰੀਏ ਤਾਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰ ਦੇਣੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਅੱਗੇ ਵਾਸਤੇ ਸਤਿਗੁਰੂ ਜੀ ਸੁੱਧ ਸਪਸ਼ਟ ਕਥਾ ਵਿਚਾਰ ਕਰਨ ਦਾ ਬਲ ਉੱਦਮ ਬਖਸ਼ਿਸ਼ ਕਰਨਾ ਸਰਬੱਤ ਸੰਗਤ ਦਾ ਧੰਨਵਾਦ ਕੋਟਨ ਕੋਟ ਵਾਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਬੱਤ ਸੰਗਤ ਨੂੰ ਕੋਟ ਕੋਟ ਵਾਰ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।